ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਟਰੈਵਲਰ ਕਿਕਸ 'ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸੌਕਰਨ ਸਿੰਘ ਤੂਰ, ਅਤੇ ਤੁਹਾਨੂੰ ਪਤਾ ਕਿ ਆਪਣੀ ਡਲਹੌਜ਼ੀ ਸੀਰੀਜ਼ ਚੱਲ ਰਹੀ ਆ, ਅਤੇ ਆਪਣੀ ਕੋਸ਼ਿਸ਼ ਹੈ ਵੀ ਆਪਾਂ ਡਲਹੌਜ਼ੀ ਸੀਰੀਜ਼ ਦਾ ਅੱਜ ਲਾਸਟ ਪਾਰਟ ਬਣਾਵਾਂਗੇ, ਅਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਨਵੀਂ ਲੋਕੇਸ਼ਨ 'ਤੇ। ਅਤੇ ਜੇ ਆਪਾਂ ਇਸ ਸੀਰੀਜ਼ ਦੀ ਗੱਲ ਕਰੀਏ ਤਾਂ ਆਪਾਂ ਥੋੜ੍ਹਾ ਫਲੈਸ਼ਬੈਕ ਕਰਦੇ ਹਾਂ ਮੈਮਰੀ ਨੂੰ ਜਾਂਦੇ ਜਾਂਦੇ, ਕਿ ਆਪਾਂ ਤੁਹਾਨੂੰ ਡਲਹੌਜ਼ੀ ਦੇ ਵਿੱਚ ਕਈ ਅਜਿਹੀਆਂ ਲੋਕੇਸ਼ਨਾਂ ਵਿਖਾ ਕੇ ਲਿਆਏ ਹਾਂ ਜਿੱਥੇ ਮੇਰੇ ਬਹੁਤ ਸਾਰੇ ਟਰੈਵਲਰ ਫਰੈਂਡਸ ਆ ਜਿਹੜੇ ਉਹ ਨਹੀਂ ਗਏ, ਜਿਵੇਂ ਦੇਨ ਕੁੰਡ ਜਾ ਕੇ ਆਏ, ਆਪਾਂ ਕਾਲਾ ਟੋਪ ਜਾ ਕੇ ਆਏ ਹਾਂ, ਇਸ ਤਰ੍ਹਾਂ ਕਾਫੀ ਲੋਕੇਸ਼ਨਸ ਆ ਜਿਹੜੀਆਂ ਆਪਾਂ ਕਵਰ ਕੀਤੀਆਂ। ਅਤੇ ਇਸੇ ਤਰ੍ਹਾਂ ਆਪਾਂ ਤੁਹਾਨੂੰ ਜਿਹੜਾ ਸਰੋਵਰ ਪ੍ਰੀਮੀਅਰ ਆ ਉਹ ਵੀ ਦਿਖਾਇਆ ਆਏਗਾ, ਅਤੇ ਉਸ ਤੋਂ ਪਹਿਲਾਂ ਸਭ ਤੋਂ ਘੈਂਟ ਜਿਹੜੀ ਮੈਨੂੰ ਲੋਕੇਸ਼ਨ ਲੱਗੀ ਆਪਣਾ ਬ੍ਰਿਜ ਵਿਲਾ, ਆਪਾਂ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ। ਅਤੇ ਇਸੇ ਤਰ੍ਹਾਂ ਹੀ ਆਪਾਂ ਹੁਣ ਪਹੁੰਚ ਚੁੱਕੇ ਹਾਂ ਚਮੇਰਾ ਲੇਕ 'ਤੇ, ਜਿਹੜੀ ਚਮੇਰਾ ਲੇਕ ਹੈ ਤਕਰੀਬਨ ਡਲਹੌਜ਼ੀ ਤੋਂ ਕੋਈ 1 ਘੰਟੇ ਦੀ ਦੂਰੀ 'ਤੇ ਆ, ਅਤੇ ਤੁਸੀਂ ਇੱਥੇ ਜ਼ਰੂਰ ਜਾਇਓ। ਇਦੋਂ ਬਿਨਾਂ ਮੈਨੂੰ ਇਹ ਲੱਗਦਾ ਵੀ ਜਿਹੜਾ ਡਲਹੌਜ਼ੀ ਦਾ ਟ੍ਰਿਪ ਆ ਉਹ ਅਧੂਰਾ ਰਹਿ ਜੂਗਾ। ਇਹ ਵੀ ਜਿਹੜੇ ਪਹਾੜ ਆ ਬੱਦਲਾਂ ਦੇ ਵਿੱਚ ਵੜੇ ਹੋਏ ਹੈਗੇ, ਬਹੁਤ ਹੀ ਸੋਹਣੀ ਲੋਕੇਸ਼ਨ ਆ, ਅਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਊਗੀ। ਅਤੇ ਆਪਾਂ ਇੱਦਾਂ ਹੀ ਗੱਲਾਂ ਕਰਦੇ ਕਰਦੇ ਚੱਲਦੇ ਹਾਂ ਚਮੇਰਾ ਲੇਕ ਨੂੰ, ਅਤੇ ਇੱਥੋਂ ਦੀ ਜਿਹੜੀ ਬੋਟਿੰਗ ਆ ਉਹ ਬਹੁਤ ਜ਼ਿਆਦਾ ਫੇਮਸ ਆ, ਅਤੇ ਫੇਮਸ ਵੀ ਕੀ ਦੱਸਾਂ ਕਿ ਹੁਣ ਥੋੜ੍ਹਾ ਆਫ ਸੀਜ਼ਨ ਚੱਲ ਰਿਹਾ, ਸੀਜ਼ਨ ਦੇ ਵਿੱਚ ਤੁਸੀਂ ਕਹਿ ਲਓ ਵੀ ਬੋਟਿੰਗ ਦੇ ਲਈ ਘੰਟਾ ਘੰਟਾ ਦੋ ਦੋ ਘੰਟੇ ਵੀ ਵੇਟਿੰਗ ਰਹਿੰਦੀ ਆ। ਖੈਰ ਹਿਮਾਚਲ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲੇ ਕੀਤੇ ਜਾ ਰਹੇ ਹੈਗੇ ਟੂਰਿਜ਼ਮ ਨੂੰ ਬੜਾਵਾ ਦੇਣ ਲਈ, ਜਿਸ ਤਰ੍ਹਾਂ ਇਹਨਾਂ ਨੇ ਬਹੁਤ ਹੀ ਸੋਹਣੀਆਂ ਬੋਟਸ ਵਗੈਰਾ ਲਿਆਉਂਦੀਆਂ ਹੋਈਆਂ ਨੇ, ਖਾਸ ਕਰ ਮੋਟਰ ਬੋਟਸ। ਅਤੇ ਰੋਡ ਦੀ ਜਿਹੜੀ ਸਥਿਤੀ ਆ ਉਹ ਅੱਗੇ ਨਾਲੋਂ ਬਹੁਤ ਵਧੀਆ, ਅੱਗੇ ਤੱਕ ਜਿਹੜੇ ਰੋਡ ਹੁੰਦੇ ਸੀ ਆਫ ਰੋਡਸ ਹੁੰਦੇ ਸੀ ਮੋਸਟਲੀ, ਪਰ ਹੁਣ ਜਿਹੜੇ ਰੋਡਸ ਉਹ ਬਹੁਤ ਘੈਂਟ ਬਣ ਚੁੱਕੇ ਆ। ਅਤੇ ਚਮੇਰਾ ਦੇ ਵਿੱਚ ਸਾਹਮਣੇ ਡੈਮ ਬਣਿਆ ਹੋਇਆ ਹੈਗਾ, ਡੈਮ ਇਹ ਡੈਮ ਤੋਂ ਕਾਫੀ ਜ਼ਿਆਦਾ ਮਤਲਬ ਤੁਸੀਂ ਕਹਿ ਲਓ ਵੀ ਜਿਹੜੀ ਸੁੰਦਰਤਾ ਦਾ ਆਪਾਂ ਆਨੰਦ ਮਾਣ ਸਕਦੇ ਹਾਂਗੇ ਖੜ੍ਹ ਕੇ ਇੱਥੇ, ਅਤੇ ਬੜੀ ਵਧੀਆ ਲੋਕੇਸ਼ਨ ਬਣਦੀ ਆ। ਅਤੇ ਡੈਮ ਦੇ ਨਾਲ ਜਿਹੜੀ ਲੈਫਟ ਹੈਂਡ ਸਾਈਡ 'ਤੇ ਰੋਡ ਅੱਗੇ ਨੂੰ ਵੱਧਦੀ ਆ, ਆਪਾਂ ਇੱਧਰ ਦੀ ਅੱਗੇ ਨੂੰ ਜਾਵਾਂਗੇ। ਲਓ ਜੀ ਆਪਾਂ ਇੱਧਰੋਂ ਪਾਲੇ ਆ ਚਾਲੇ, ਅਤੇ ਆਪਾਂ ਵੱਧਦੇ ਹਾਂ ਅੱਗੇ ਨੂੰ। ਕੋਸ਼ਿਸ਼ ਕਰਾਂਗੇ ਜੇ ਡੈਮ ਦੇ 1-2 ਵਿਊ ਲਏ ਗਏ ਤਾਂ ਲਵਾਂਗੇ, ਨਹੀਂ ਤਾਂ ਤੁਹਾਡੇ ਨਾਲ ਆਪਾਂ ਰਸਤੇ ਦੇ ਵਿੱਚ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਬਹੁਤ ਸਾਰੇ ਬਹੁਤ ਸੋਹਣੇ ਸੋਹਣੇ ਵਾਟਰਫਾਲਸ ਜਿਹੜੇ ਰਸਤੇ ਦੇ ਵਿੱਚ ਆਉਣਗੇ, ਅਤੇ ਆਪਾਂ ਉਹ ਵਾਟਰਫਾਲਸ ਤੁਹਾਡੇ ਨਾਲ ਸਾਂਝੇ ਕਰਾਂਗੇ। ਬਹੁਤ ਸੋਹਣੇ ਵਾਟਰਫਾਲਸ ਹੈਗੇ, ਛੋਟੇ ਛੋਟੇ ਵਾਟਰਫਾਲਸ ਆਉਂਦੇ ਹੈਗੇ, ਅਤੇ ਪਾਣੀ ਬੜਾ ਇਹਨਾਂ ਦਾ ਨੀਟ ਐਂਡ ਕਲੀਨ ਹੈ। ਅਤੇ ਇਸੇ ਤਰ੍ਹਾਂ ਆਪਾਂ ਵਧਾਂਗੇ ਅੱਗੇ ਨੂੰ, ਅਤੇ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇੱਥੋਂ ਦਾ ਵੱਡਾ ਸਭ ਤੋਂ ਵੱਡਾ ਵਾਟਰਫਾਲ ਆ, ਜੇ ਤਾਂ ਆਪਾਂ ਨੂੰ ਇੱਦਾਂ ਹੀ ਗੱਡੀ 'ਤੇ ਜਾਂਦਿਆਂ ਨੂੰ ਉਹ ਵਿਖਾਈ ਦਿੱਤਾ ਤਾਂ ਆਪਾਂ ਤੁਹਾਨੂੰ ਇੱਦਾਂ ਵਿਖਾ ਦਾਂਗੇ, ਨਹੀਂ ਤਾਂ ਉਹ ਨੀਚੇ ਜਾ ਕੇ ਆਪਾਂ ਨੂੰ ਪ੍ਰੋਪਰ ਦਿਖੂਗਾ ਜਦੋਂ ਆਪਾਂ ਬੋਟਿੰਗ ਕਰਾਂਗੇ, ਅਤੇ ਕੋਸ਼ਿਸ਼ ਕਰਾਂਗੇ ਵੀ ਉਦੋਂ ਆਪਾਂ ਤੁਹਾਨੂੰ ਵਾਟਰਫਾਲ ਵਿਖਾਈਏ। ਅਤੇ ਲਓ ਜੀ ਆਪਾਂ ਡੈਮ 'ਤੇ ਪਹੁੰਚ ਚੁੱਕੇ ਹਾਂ, ਵੈਸੇ ਤਾਂ ਇੱਥੇ ਵੀਡੀਓਗ੍ਰਾਫੀ ਦੀ ਮਨਾਹੀ ਆ, ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਜੇ ਥੋੜ੍ਹੇ ਬਹੁਤੇ ਤੁਹਾਨੂੰ ਝਲਕੀਆਂ ਜਿਹੜੀਆਂ ਹੈਗੀਆਂ ਜਾਂ ਸੀਨ ਆ ਜਾਂ ਵਿਊਜ਼ ਆ ਉਹ ਆਪਾਂ ਤੁਹਾਨੂੰ ਇੱਥੇ ਵਿਖਾ ਪਾਈਏ, ਆਪਾਂ ਕਰਦੇ ਹਾਂ ਕੋਸ਼ਿਸ਼।
ਅਤੇ ਇੱਥੇ ਜੇ ਆਪਾਂ ਗੱਲ ਕਰੀਏ ਤਾਂ ਇੱਕ ਲੈਫਟ ਹੈਂਡ ਸਾਈਡ 'ਤੇ ਟਨਲ ਵੀ ਬਣ ਰਹੀ ਹੈਗੀ, ਉੱਧਰ ਜਾਣ ਦੀ ਮਨਾਹੀ ਸੀਗੀ, ਉੱਧਰ ਕੁਛ ਬਣ ਰਿਹਾ ਹੈਗਾ, ਹਜੇ ਉੱਧਰ ਆਪਾਂ ਨਹੀਂ ਜਾ ਸਕਦੇ ਗੇ, ਕੋਸ਼ਿਸ਼ ਕਰਾਂਗੇ ਜਦੋਂ ਨੈਕਸਟ ਟਾਈਮ ਆਏ ਤਾਂ ਵੇਖਾਂਗੇ ਉੱਧਰ ਕੀ ਬਣ ਰਿਹਾ ਹੈਗਾ। ਅੱਗੇ ਜਾ ਕੇ ਆਪਾਂ ਨੂੰ ਵਿਖਾਈ ਦੇ ਰਹੀ ਹੈ ਟਨਲ ਜਿਹੜੀ ਕਿ ਲੈਫਟ ਹੈਂਡ ਸਾਈਡ 'ਤੇ ਬਣ ਰਹੀ ਹੈਗੀ। ਲਓ ਜੀ ਆਪਾਂ ਬੈਰੀਅਰ ਕ੍ਰੋਸ ਕਰ ਲਿਆ ਅਤੇ ਲੈਫਟ ਹੈਂਡ ਸਾਈਡ 'ਤੇ ਹੈਗੀ ਹੈ ਟਨਲ, ਅਤੇ ਆਪਾਂ ਇੱਥੋਂ ਇੱਕ ਵਾਰੀ ਰੁਕਦੇ ਹਾਂ, ਸਾਹਮਣੇ ਟਨਲ ਵਿਖਾਈ ਦੇ ਰਹੀ ਆਪਾਂ ਨੂੰ, ਅਤੇ ਆਪਾਂ ਇੱਥੋਂ ਇੱਕ ਚਮੇਰਾ ਲੇਕ ਦਾ ਜਿਹੜਾ ਵਿਊ ਆ ਉਹ ਲੈਂਦੇ ਹਾਂ ਕਿ 360 ਵਿਊ, ਇੱਥੋਂ ਦੇਖਦੇ ਹਾਂ ਕਿਹੋ ਜਿਹਾ ਮਾਹੌਲ ਆ। ਖੈਰ ਮੌਸਮ ਬਹੁਤ ਸੋਹਣਾ ਹੈਗਾ, ਇੱਦਾਂ ਲੱਗ ਰਿਹਾ ਜਿਵੇਂ ਬਾਰਿਸ਼ ਕੁਛ ਸਮੇਂ ਦੇ ਵਿੱਚ ਆ ਜੂਗੀ। ਅਤੇ ਲਓ ਜੀ ਆਪਾਂ ਚਮੇਰਾ ਲੇਕ ਦੇ ਬੋਟਿੰਗ ਪੁਆਇੰਟ 'ਤੇ ਪਹੁੰਚ ਚੁੱਕੇ ਹਾਂ। ਇੱਥੇ ਛੋਟੀਆਂ ਛੋਟੀਆਂ ਤੁਸੀਂ ਕਹਿ ਲਓ ਦੁਕਾਨਾਂ ਜਾਂ ਕੈਫੇ ਜਾਂ ਢਾਬੇ ਬਣੇ ਹੋਏ ਆ ਇਸ ਮੰਦਿਰ ਦੇ ਨਾਲ, ਅਤੇ ਇੱਥੇ ਤੁਹਾਨੂੰ ਜਿਹੜੀ ਕਾਰ ਪਾਰਕਿੰਗ ਨੇੜੇ ਤੇੜੇ ਕਰਨੀ ਪਊਗੀ, ਅਤੇ ਇੱਥੋਂ ਹੀ ਤੁਸੀਂ ਚਮੇਰਾ ਲੇਕ ਦੇ ਲਈ ਬੋਟਿੰਗ ਲਈ ਜਾਓਗੇ। ਅਤੇ ਮੈਂ ਕੁਛ ਤੁਹਾਨੂੰ ਹੋਰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਦੇਣਾ ਚਾਹੁੰਦਾ ਕਿ ਬਹੁਤ ਸਾਰੀਆਂ ਲੋਕੇਸ਼ਨਸ ਇਹੋ ਜਿਹੀਆਂ ਨੇ ਜਿੱਥੇ ਹਜੇ ਵੀ ਤੁਹਾਨੂੰ ਔਨਲਾਈਨ ਪੇਮੈਂਟ ਨਹੀਂ ਹੁੰਦੀ, ਤੁਹਾਨੂੰ ਕੈਸ਼ ਹੀ ਦੇਣਾ ਪੈਂਦਾ। ਅਤੇ ਇਵੇਂ ਹੀ ਆਪਾਂ ਤੁਹਾਡੇ ਨਾਲ ਜੇ ਸਾਂਝਾ ਕਰਦੇ ਹਾਂ ਵੀ ਆਪਾਂ ਇੱਥੇ ਆਏ ਹਾਂ ਤਾਂ ਆਪਾਂ ਨੂੰ ਪਤਾ ਲੱਗਿਆ ਵੀ ਇੱਥੇ ਤੁਹਾਨੂੰ ਜਿਹੜਾ ਕੈਸ਼ ਹੀ ਦੇਣਾ ਪਊ ਬੋਟਿੰਗ ਦੇ ਲਈ, ਇੱਥੇ ਤੁਸੀਂ ਔਨਲਾਈਨ ਪੇਮੈਂਟ ਜਿਹੜੀ ਬੋਟਿੰਗ ਦੇ ਲਈ ਨਹੀਂ ਕਰ ਸਕਦੇ। ਅਤੇ ਮੋਟਰ ਬੋਟ ਦਾ ਜਿਹੜਾ ਰੈਂਟ ਆ ਉਹ ਤਕਰੀਬਨ 20 ਮਿੰਟ ਦਾ ਰਾਊਂਡ ਹੁੰਦਾ ਹੈਗਾ, ਅਤੇ ਤਕਰੀਬਨ 400 ਰੁਪਈਆ ਉਹਦਾ ਪਰ ਪਰਸਨ ਖਰਚਾ ਜਿਹੜਾ ਆਪਾਂ ਨੂੰ ਪੈਂਦਾ। ਥੋੜ੍ਹੀ ਵੱਡੀ ਬੋਟ ਖੜ੍ਹੀ ਆ ਸਾਹਮਣੇ, ਇਹਦਾ ਤਕਰੀਬਨ 500-600 ਇਹਦਾ ਪੈਂਦਾ ਹੈਗਾ, ਇਹ ਥੋੜ੍ਹਾ ਵੱਧ ਕਮਾਉਂਦੀ ਆ। ਬਟ ਜੇ ਆਪਾਂ ਐਡਵੈਂਚਰ ਦੀ ਗੱਲ ਕਰੀਏ ਤਾਂ ਉਹ ਮੋਟਰ ਬੋਟ 'ਤੇ ਹੀ ਆ। ਖੈਰ ਬਹੁਤ ਸੋਹਣੀਆਂ ਲਾਈਫ ਜੈਕਟਸ ਵਗੈਰਾ ਇਹਨਾਂ ਕੋਲ ਪਈਆਂ ਨੇ, ਅਤੇ ਇਹ ਹੈਗਾ ਹੈਗਾ ਆਪਣਾ ਤੁਸੀਂ ਕਹਿ ਲਓ ਟਿਕਟ ਵਿੰਡੋ, ਇੱਥੋਂ ਆਪਾਂ ਟਿਕਟ ਬਾਏ ਕਰਾਂਗੇ। ਟਿਕਟ ਬਾਏ ਕਰਨ ਤੋਂ ਬਾਅਦ ਆਪਾਂ ਸਾਹਮਣੇ ਉਹ ਲਾਈਫ ਜੈਕਟ ਲਵਾਂਗੇ ਆਪਣੇ ਮੇਚ ਦੀ ਲਾਈਫ ਜੈਕਟ ਲੈ ਕੇ, ਹੁਣ ਆਪਾਂ ਚੱਲੇ ਹਾਂ ਥੱਲੇ ਨੂੰ, ਅਤੇ ਇੱਥੋਂ ਆਪਾਂ ਆਪਣੀ ਮੋਟਰ ਬੋਟ ਲਵਾਂਗੇ। ਬਸ ਕੁਛ ਹੀ ਸਮੇਂ ਦੇ ਵਿੱਚ ਆਪਣੀ ਜਿਹੜੀ ਮੋਟਰ ਬੋਟ ਉਹ ਆਉਣ ਵਾਲੀ ਹੈਗੀ, ਅਤੇ ਉਹਨੂੰ ਇਹ ਇੱਥੇ ਸਾਈਡ 'ਤੇ ਲਗਾ ਦੇਣਗੇ, ਅਤੇ ਆਪਾਂ ਫਿਰ ਉਹਦੇ ਉੱਤੇ ਸਵਾਰ ਹੋ ਜਾਵਾਂਗੇ। ਲਓ ਜੀ ਕਰ ਦਿੱਤਾ ਆਪਾਂ ਅੱਜ ਦਾ ਮੋਟਰ ਬੋਟ ਦਾ ਜਿਹੜਾ ਸਫ਼ਰ ਆ ਉਹ ਸ਼ੁਰੂ, ਅਤੇ ਤੁਸੀਂ ਸੱਚੀ ਦੱਸਾਂ ਤਾਂ ਬੜੀ ਵਧੀਆ ਫੀਲਿੰਗ ਆ ਰਹੀ ਹੈਗੀ, ਇੱਦਾਂ ਲੱਗ ਰਿਹਾ ਕਿ ਜਿਵੇਂ ਆਪਾਂ ਕਾਰ ਆ ਜਿਹੜੀ ਉਹ ਪਾਣੀ ਦੇ ਵਿੱਚ ਭਜਾ ਰਹੇ ਹਾਂ। ਬਹੁਤ ਵਧੀਆ ਮੋਟਰ ਬੋਟ ਆ, ਬਹੁਤ ਘੈਂਟ ਆ। ਖੈਰ ਚਾਰੇ ਪਾਸਿਆਂ ਤੋਂ ਜੇ ਆਪਾਂ ਗੱਲ ਕਰੀਏ ਤਾਂ ਪਹਾੜਾਂ ਦੇ ਵਿੱਚ ਘਿਰੀ ਹੋਈ ਹੈ ਚਮੇਰਾ ਲੇਕ, ਅਤੇ ਜਿਹੜੇ ਪਹਾੜ ਆ ਉਹ ਬਹੁਤ ਹੀ ਜ਼ਿਆਦਾ ਗ੍ਰੀਨਰੀ ਨਾਲ ਭਰੇ ਹੋਏ ਹੈਗੇ, ਬਹੁਤ ਹੀ ਸੋਹਣੀ ਹਰੇਵਾਈ ਆ ਇੱਥੇ, ਬਹੁਤ ਸੋਹਣੇ ਪੇੜ ਪੌਦੇ ਲੱਗੇ ਹੋਏ ਹੈਗੇ, ਅਤੇ ਉੱਪਰੋਂ ਜੇ ਆਪਾਂ ਅਸਮਾਨ ਦੀ ਗੱਲ ਕਰੀਏ ਤਾਂ ਉੱਪਰ ਬੱਦਲਾਂ ਨੇ ਘੇਰਿਆ ਹੋਇਆ ਹੈ। ਹੈਲੋ, ਲਓ ਜੀ ਆਪਾਂ ਬੋਟਿੰਗ ਦਾ ਪੂਰਾ ਇੰਜੋਏ ਕਰ ਰਹੇ ਹਾਂ, ਪਿੱਛੇ ਬੱਚੇ ਵੀ ਇੰਜੋਏ ਕਰ ਰਹੇ ਆ। ਖੈਰ ਪਾਣੀ ਬਹੁਤ ਤੇਜ਼ ਆ, ਬੋਟ ਬਹੁਤ ਤੇਜ਼ ਹੈਗੀ, ਆਪਾਂ ਨੂੰ ਸਾਫ਼ ਦਿਖਾਈ ਦੇ ਰਿਹਾ ਹੈ। ਖੈਰ ਮਾਹੌਲ ਜਿਹੜਾ ਇੱਥੋਂ ਦਾ ਨਾ ਉਹ ਬਹੁਤ ਵਧੀਆ ਹੈਗਾ, ਅਤੇ ਜੇ ਆਪਾਂ ਗੱਲ ਕਰੀਏ ਤਾਂ ਸਾਡਾ ਡਰਾਈਵਰ ਉਦੋਂ ਵੀ ਘੈਂਟ ਹੈਗਾ, ਇਹਨੂੰ 7-8 ਸਾਲ ਦਾ ਐਕਸਪੀਰੀਅੰਸ ਆ ਬੋਟਿੰਗ ਦਾ।
ਤਾਂ ਇਹਨੇ ਸਾਨੂੰ ਕਾਫ਼ੀ ਇਹਦੇ ਵਿੱਚ ਐਡਵੈਂਚਰ ਕਰਕੇ ਵਿਖਾਇਆ। ਕਾਫ਼ੀ ਜਿਵੇਂ ਆਪਾਂ ਕਾਰ ਦੇ ਜਾਂ ਬਾਈਕ ਦੇ ਕੱਟ ਵਗੈਰਾ ਮਾਰਦੇ ਹਾਂ ਤਾਂ ਉਵੇਂ ਇਹਨੇ ਕੱਟ ਵਗੈਰਾ ਮਾਰ ਕੇ ਵਿਖਾਏ। ਓਏ ਹੋਏ ਓਏ ਹੋਏ ਓਏ ਹੋਏ ਖੈਰ ਬੋਟਿੰਗ ਦਾ ਇੱਕ ਅਲੱਗ ਹੀ ਨਜ਼ਾਰਾ ਆਏਗਾ। ਯੈਸ ਦੇਖੋ, ਮੈਂ ਜੇ ਮੇਰੀ ਗੱਲ ਕਰਾਂ ਤਾਂ ਮੈਂ ਬੋਟਿੰਗ ਦਾ ਬਹੁਤ ਹੀ ਜ਼ਿਆਦਾ ਇੰਜੋਏ ਕਰ ਰਿਹਾ ਹੈਗਾ ਅਤੇ ਮੈਨੂੰ ਬਹੁਤ ਵਧੀਆ ਲੱਗਾ। ਅਤੇ ਮੈਂ ਤੁਹਾਨੂੰ ਵੀ ਕਹੂੰਗਾ ਕਿ ਜੇਕਰ ਤੁਸੀਂ ਡਲਹੌਜ਼ੀ ਸਾਈਡ ਆ ਰਹੇ ਹੋ ਤਾਂ ਚਮੇਰਾ ਲੇਕ ਜ਼ਰੂਰ ਆਇਓ, ਬਹੁਤ ਹੀ ਵਧੀਆ ਲੋਕੇਸ਼ਨ ਆ, ਤਕਰੀਬਨ 1 ਘੰਟੇ ਦਾ ਸਫ਼ਰ ਲੱਗਦਾ। ਅਤੇ ਇਹੋ ਜਿਹੀਆਂ ਜਿਹੜੀਆਂ ਹਿਡਨ ਪਲੇਸਿਸ ਆ ਮੈਂ ਤੁਹਾਡੇ ਲਈ ਬਹੁਤ ਸਾਰੀਆਂ ਹੋਰ ਵੀ ਲੈ ਕੇ ਆਊਂਗਾ ਅਤੇ ਜਿਹੜੀਆਂ ਕਿ ਤੁਹਾਨੂੰ ਬਹੁਤ ਜ਼ਿਆਦਾ ਇੰਜੋਏ ਕਰਾਉਣਗੀਆਂ, ਤੁਹਾਡੇ ਸਿਟੀ ਦੇ ਬਿਲਕੁਲ ਨੇੜੇ ਕਹਿ ਲਓ। ਪੰਜਾਬ ਦੇ ਜੇ ਸਭ ਤੋਂ ਨੇੜੇ ਦਾ ਹਿਲ ਸਟੇਸ਼ਨ ਆ ਤਾਂ ਮੈਂ ਕਹੂੰਗਾ ਵੀ ਅੰਮ੍ਰਿਤਸਰ ਏਰੀਏ ਦੇ ਨੇੜੇ, ਤਾਂ ਲਓ ਜੀ ਉਹ ਸਭ ਤੋਂ ਵੱਡਾ ਵਾਟਰਫਾਲ ਜਿਹੜਾ ਆਪਾਂ ਕਹਿ ਰਹੇ ਹੋ ਆਪਾਂ ਨੂੰ ਵਿਖਾਈ ਦੇ ਰਿਹਾ ਤਾਂ ਡਲਹੌਜ਼ੀ ਆ, ਤਾਂ ਆਪਾਂ ਡਲਹੌਜ਼ੀ ਦੇ ਨੇੜੇ ਆ ਸਕਦੇ ਹਾਂ, ਚਮੇਰਾ ਲੇਕ ਆ ਸਕਦੇ ਹਾਂ। ਅਤੇ ਇਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਇੱਥੋਂ ਦਾ ਸਭ ਤੋਂ ਵੱਡਾ ਵਾਟਰਫਾਲ ਜਿਹੜਾ ਵਿਖਾ ਦਿੱਤਾ ਹੈ ਅਤੇ ਆਪਾਂ ਇੱਦਾਂ ਹੀ ਬਣੇ ਰਹੋ, ਜੁੜੇ ਰਹੋ। ਆਪਾਂ ਜਲਦੀ ਤੁਹਾਡੇ ਲਈ ਹੋਰ ਵੀ ਬਹੁਤ ਸੋਹਣੇ ਵਲੌਗਸ ਲੈ ਕੇ ਆ ਰਹੇ ਹਾਂਗੇ। ਉਮੀਦ ਆ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਚੈਨਲ ਸਬਸਕ੍ਰਾਈਬ ਕਰ ਲੈਣਗੇ ਅਤੇ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਅਤੇ ਇਹਦੇ ਵਿੱਚ ਹੋਰ ਕੀ ਇੰਪਰੂਵਮੈਂਟ ਦੀ ਲੋੜ ਆ। ਤੁਹਾਡੇ ਸੁਝਾਵਾਂ ਦੀ ਆਪਾਂ ਨੂੰ ਵੇਟ ਰਹੂਗੀ, ਉਹ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਜਲਦੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।